ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਖਬਰ ਹਿਮਾਚਲ ਪ੍ਰਦੇਸ਼ ਤੋਂ ਹੈ ਅਤੇ ਭਾਜਪਾ ਦੇ ਨਾਲ ਜੁੜੀ ਹੋਈ ਹੈ। ਭਾਜਪਾ ਦਾ ਇੱਕ ਵਿਧਾਇਕ ਹੈ ਜਿਹਦੇ ਉੱਤੇ FIR ਦਰਜ ਹੋ ਗਈ ਹੈ। ਚੰਬਾ ਦੇ ਚੁਰਾਹ ਵਿਧਾਨ ਸਭਾ ਹਲਕੇ ਤੋਂ ਉਹ ਮੌਜੂਦਾ ਵਿਧਾਇਕ ਹੈ। FIR ਦਰਜ ਕਰਨ ਦਾ ਕਾਰਨ ਇਹ ਹੈ ਕਿ ਇੱਕ ਲੜਕੀ ਨੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਕਿ ਮੇਰੇ ਨਾਲ ਅਸ਼ਲੀਲ ਚੈਟ ਕੀਤੀ ਗਈ ਹੈ ਅਤੇ ਮੇਰਾ ਫੋਨ ਵੀ ਤੋੜ ਦਿੱਤਾ ਗਿਆ। ਅਜਿਹੇ ਇਲਜ਼ਾਮਾਂ ਤੋਂ ਬਾਅਦ ਉਸ ਲੜਕੀ ਨੇ SP ਦੇ ਕੋਲ ਸ਼ਿਕਾਇਤ ਕੀਤੀ ਸੀ ਅਤੇ ਹੁਣ ਮਹਿਲਾ ਥਾਣੇ ਦੇ ਵਿੱਚ FIR ਦਰਜ ਹੋ ਚੁੱਕੀ ਹੈ। ਇਸ ਵਿਧਾਇਕ ਦਾ ਨਾਮ ਹੈ ਹੰਸਰਾਜ ਅਤੇ ਪਹਿਲਾਂ ਵੀ ਇਹ ਕਾਫੀ ਸੁਰਖੀਆਂ ਦੇ ਵਿੱਚ ਰਹਿੰਦਾ। ਇੱਕ ਸਕੂਲ ਦੇ ਵਿੱਚ ਵੀ ਪੰਗਾ ਪੈ ਗਿਆ ਸੀਗਾ। ਸਕੂਲ ਦੇ ਵਿੱਚ ਸਕੂਲ ਦੀ ਜਿਹੜੀ ਕਮੇਟੀ ਸੀਗੀ ਉਹਨਾਂ ਨੇ ਕਿਸੇ ਹੋਰ ਨੂੰ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਸੱਦਾ ਦਿੱਤਾ ਸੀਗਾ ਅਤੇ ਪ੍ਰਿੰਸੀਪਲ ਨੇ ਕਿਸੇ ਹੋਰ ਨੂੰ ਦੇ ਦਿੱਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨੇ ਜਾ ਕੇ ਕਹਿੰਦੇ ਧਮਕਾਇਆ ਸੀਗਾ ਪ੍ਰਿੰਸੀਪਲ ਨੂੰ ਅਤੇ ਹੋਰ ਨਾਲ ਲੋਕਾਂ ਨੂੰ ਵੀ। ਅਤੇ ਉਸ ਤੋਂ ਬਾਅਦ ਇੱਕ ਵਾਰ JP ਨੱਡਾ ਜੋ ਉਦੋਂ ਕੌਮੀ ਪ੍ਰਧਾਨ ਸੀਗੇ ਉਹ ਵੀ ਚੰਬਾ ਦੌਰੇ ਦੇ ਉੱਤੇ ਸੀਗੇ ਤਾਂ ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਹਨਾਂ ਦੀ ਇਸ ਵਿਧਾਇਕ ਦੀ ਗੱਡੀ ਤੋਂ ਅੱਗੇ ਓਵਰਟੇਕ ਕਰਕੇ ਆਪਣੀ ਗੱਡੀ ਨੱਡਾ ਦੀ ਗੱਡੀ ਦੇ ਪਿੱਛੇ ਲਗਾ ਲਈ ਤਾਂ ਉਦੋਂ ਵੀ ਇੱਕ ਜਿਹੜਾ ਨੋਟਿਸ ਭੇਜ ਦਿੱਤਾ ਗਿਆ ਸੀਗਾ ਹੰਸਰਾਜ ਵੱਲੋਂ ਮੌਜੂਦਾ ਡਿਪਟੀ ਕਮਿਸ਼ਨਰ ਨੂੰ। ਅਤੇ ਹੁਣ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਨਾਮ ਹੰਸਰਾਜ ਜੋ ਚੁਰਾਹ ਵਿਧਾਨ ਸਭਾ ਹਲਕੇ ਤੋਂ ਹਿਮਾਚਲ ਤੋਂ BJP ਦਾ MLA ਹੈ ਅਤੇ ਇਹਦੇ ਉੱਤੇ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਲੜਕੀ ਨੇ ਕਿਸੇ ਕੰਮਕਾਜ ਦੇ ਬਾਬਤ ਇਹਦੇ ਨਾਲ ਗੱਲਬਾਤ ਸ਼ੁਰੂ ਕੀਤੀ ਸੀਗੀ ਅਤੇ ਖੁਦ ਵੀ ਉਹ BJP ਲੀਡਰ ਦੀ ਧੀ ਹੈ ਅਤੇ ਉਹਨੇ ਕਿਹਾ ਕਿ ਮੈਨੂੰ ਇਹ ਕੰਮਕਾਜ ਮੇਰਾ ਹੋਣਾ ਚਾਹੀਦਾ ਤਾਂ ਉਹਨੇ ਕਿਹਾ ਕਿ ਇਸ ਤਰ੍ਹਾਂ ਨਹੀਂ, ਤੂੰ ਮੈਨੂੰ ਆ ਕੇ ਮਿਲ, ਆਪਣੀਆਂ ਤਸਵੀਰਾਂ ਭੇਜ। ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਮਾਮਲਾ ਹੋਰ ਵੀ ਗਰਮਾਉਂਦਾ ਗਿਆ। ਲੜਕੀ ਨੇ ਧਮਕੀਆਂ ਦੇਣ ਦੇ ਇਲਜ਼ਾਮ ਵੀ ਇਸ BJP ਦੇ ਵਿਧਾਇਕ ਦੇ ਉੱਤੇ ਲਗਾ ਦਿੱਤੇ ਨੇ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੀ ਸਰਕਾਰ ਹੈ, BJP ਦੇ ਕੁਝ ਕੁ ਵਿਧਾਇਕ ਉੱਥੇ ਹੈਗੇ ਨੇ ਅਤੇ ਬਹੁਮਤ ਦੇ ਵਿੱਚ ਕਾਂਗਰਸ ਸੀ ਅਤੇ ਪਿੱਛੇ ਜੇ ਵੱਡੇ ਫੇਰਬਦਲ ਵੀ ਹੋਏ, ਕਈ ਬਾਗੀ ਸੁਰਖ ਤਿਆਰ ਕਰ ਗਏ ਅਤੇ ਦੁਬਾਰਾ ਕਈ ਥਾਵਾਂ ਦੇ ਉੱਤੇ ਜ਼ਿਮਣੀ ਚੋਣ ਵੀ ਹੋਈ ਸੀ। ਪਰ ਚੰਬਾ ਦਾ ਇਹ ਵਿਧਾਇਕ ਕਾਫੀ ਚਰਚਾ ਦੇ ਵਿੱਚ ਰਹਿੰਦਾ ਅਤੇ ਹੁਣ ਇੱਕ ਵਾਰ ਫਿਰ ਇਹਨੇ ਚਰਚਾ ਛੇੜ ਦਿੱਤੀ ਹੈ। BJP ਦੇ ਲੀਡਰ ਦੀ ਧੀ ਨੂੰ ਹੀ ਜਿਹੜੇ ਨੇ ਉਹ ਇਲਜ਼ਾਮ ਲੱਗੇ ਨੇ ਕਿ ਇਹਨੇ ਕਥਿਤ ਤੌਰ ਦੇ ਉੱਤੇ ਉਹਨੂੰ ਗਲਤ ਮੈਸੇਜ ਕੀਤੇ ਨੇ, ਉਹਦੇ ਤੋਂ ਤਸਵੀਰਾਂ ਮੰਗਵਾਈਆਂ ਨੇ ਅਤੇ ਲੜਕੀ ਨੇ ਇਲਜ਼ਾਮ ਲਗਾਏ ਨੇ ਕਿ ਉਹਦੇ ਕੋਲ 2 ਫੋਨ ਸੀ, ਇੱਕ ਫੋਨ ਉਹਦਾ ਤੋੜ ਵੀ ਦਿੱਤਾ ਗਿਆ ਜਦੋਂ ਉਹਨੇ ਵਿਰੋਧ ਕੀਤਾ। ਤਾਂ ਕੁੱਲ ਮਿਲਾ ਕੇ ਧਮਕੀਆਂ ਦੇਣ ਦਾ ਮਾਮਲਾ ਵੀ ਸਾਹਮਣੇ ਆ ਗਿਆ। ਹੁਣ ਦੇਖਣਾ ਹੋਵੇਗਾ ਕਿ BJP ਦੇ ਇਸ ਵਿਧਾਇਕ ਦੇ ਉੱਤੇ ਪਾਰਟੀ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਪੁਲਿਸ ਵੱਲੋਂ ਇਹਦੇ ਉੱਤੇ ਕੀ ਕਾਰਵਾਈ ਹੁੰਦੀ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।